ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ। ਉਹਨਾਂ ਦੀ ਸਰਕਾਰ 'ਤੇ ਵੱਡਾ ਭਾਰੀ ਖਤਰਾ ਮੰਡਰਾ ਰਿਹਾ। ਭਾਈ ਜੇ ਕੁਰਸੀ ਬਚੇਗੀ ਤਾਂ ਭਗਵੰਤ ਮਾਨ ਜਲੰਧਰ ਕੁਛ ਕਰ ਸਕੇਗਾ? ਕੁਰਸੀ ਤਾਂ ਬਚਾਵੇ ਆਪਣੀ। ਪਹਿਲਾਂ ਅਸੀਂ ਰਿੰਕੂ ਨੂੰ MP ਬਣਾ ਕੇ ਕਿਆ ਕੱਟ ਲਿਆ, ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਣਾ ਨਹੀਂ। ਇਹਨੂੰ ਤਾਂ ਆਦਤ ਹੈ, ਜਿਹੜਾ ਇੱਕ ਘਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਹੈ। ਕਿਉਂਕਿ ਆ ਰਿੰਕੂ ਹੋਵੇ ਚਾਹੇ ਆ ਜੀਤ ਲੰਗਰਾਲ ਹੋਵੇ, ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਂਦੇ ਆ। ਇਹ ਤਾਂ ਐਂ ਸਮਝਦੇ ਆ ਜਿੱਦਾਂ ਕੋਈ ਫਿਲਮ ਦੇ ਕਿਤੇ ਹੀਰੋ ਹੁੰਦੇ ਆ, ਵੀ ਕਦੀ ਉਹ ਫਿਲਮ ਚਲਾ ਲਈ, ਕਦੀ ਉਹ ਫਿਲਮ ਚਲਾ ਲਈ। ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ। ਉਹਨਾਂ ਦੀ ਸਰਕਾਰ 'ਤੇ ਵੱਡਾ ਭਾਰੀ ਖਤਰਾ ਮੰਡਰਾ ਰਿਹਾ, ਔਰ ਹੋ ਸਕਦਾ ਥੋੜ੍ਹੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋ ਜਾਵੇ। ਕੁਰਸੀ ਬਚੇਗੀ ਤਾਂ ਭਗਵੰਤ ਮਾਨ ਜਲੰਧਰ ਕੁਛ ਕਰ ਸਕੇਗਾ? ਕੁਰਸੀ ਤਾਂ ਬਚਾਵੇ ਆਪਣੀ। ਕੁਰਸੀ ਨੂੰ ਖਤਰਾ ਬਣਿਆ ਹੋਇਆ ਹੈ। ਮਹਿੰਦਰ ਭਗਤ ਜੀ ਹੋਮਿਓਪੈਥਿਕ ਦੀ ਗੋਲੀ ਹੈ, ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੁੰਦਾ। ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ। ਇਸ ਕਰਕੇ ਇੱਕ ਉੱਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ, ਗ੍ਰਾਸ ਰੂਟ 'ਤੇ MC ਰਹੀ ਹੈ, ਡਿਪਟੀ ਸੀਨੀਅਰ ਮੇਅਰ ਰਹੀ ਹੈ, ਸੀਨੀਅਰ ਡਿਪਟੀ ਮੇਅਰ, ਉਸ ਨੂੰ ਜਿਤਾਉਣ ਦਾ ਹੀ ਫਾਇਦਾ ਹੈ। ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ, ਇਹ ਜਾ ਰਹੀ ਹੈ, ਇਹਨਾਂ ਦੇ ਬੰਦੇ ਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ। ਇਹਨਾਂ ਦੇ MLA ਛੱਡ ਕੇ ਜਾ ਰਹੇ, ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਅਤੇ ਕੁਛ ਦਿਨਾਂ 'ਚ ਜਾਂ ਕੁਛ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ। ਯਾਰ ਇਹਨਾਂ ਦਾ ਗੁਮਾਨ ਬੋਲਦਾ, ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਹੈ। ਇਹਨਾਂ ਨੇ ਪਹਿਲਾਂ ਅਸੀਂ ਆਪ ਦਾ MLA ਸ਼ੀਤਲ ਉਂਗਰਾਲ ਬਣਾ ਕੇ ਕਿਆ ਖੱਟ ਲਿਆ, ਪਹਿਲਾਂ ਅਸੀਂ ਰਿੰਕੂ ਨੂੰ MP ਬਣਾ ਕੇ ਕਿਆ ਖੱਟ ਲਿਆ। ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿਆ ਇਹਨਾਂ ਨੂੰ ਬਖਸ਼ਿਸ਼ ਹੈ, ਜਿਹੜਾ ਇਹਨਾਂ ਦਾ MLA MP ਬਣਾ ਦਿੰਦੇ ਵੈਸੇ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ। ਹੁਣ ਆ ਜਿਹੜਾ ਦੂਸਰਾ ਬੇਰੀ ਸਾਹਿਬ ਦੇ ਖਿਲਾਫ ਦਿੱਤਿਆ ਵਾ, ਕਿਆ ਨਾਮ ਆ ਉਹਦਾ, ਰਮਨ ਅਰੋੜੇ ਦਾ ਕੁਛ ਪਤਾ ਨਹੀਂ, ਉਹਦਾ ਵੀ ਹੋ ਗਿਆ ਹਿਸਾਬ ਕਿਤਾਬ ਜਿਹਾ। ਇਹ ਸਾਰੇ ਜਾ ਰਹੇ, ਜੇ ਇਹਨੂੰ ਬਣਾ ਵੀ ਲਿਆ ਇਹਨੇ ਟਿਕਣਾ ਨਹੀਂ। ਇਹਨੂੰ ਤਾਂ ਆਦਤ ਹੈ, ਜਿਹੜਾ ਇੱਕ ਘਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਹੈ। ਇਹ ਪਹਿਲਾਂ ਹੀ BJP 'ਚੋਂ ਆਇਆ, ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ BJP ਨਾ ਛੱਡ, ਮੈਨੂੰ ਸਭ ਕੁਛ BJP ਨੇ ਦਿੱਤਾ, ਆਪਣੇ ਟੱਪਰ ਨੂੰ BJP ਨੇ ਪਾਲਿਆ, ਇਹ ਉਹਨੂੰ ਛੱਡਿਆ ਆ। ਇਹ ਆਮ ਆਦਮੀ ਦਾ ਕਿਆ ਲੱਗਦਾ? ਬੰਦਾ ਦਲ ਬਦਲੂ, ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ, ਉਹ ਕਦ ਦਲ ਬਦਲੂ ਹੋ ਜਾਵੇ। ਇਹਨੂੰ ਆਦਤ ਪੈ ਚੁੱਕੀ ਹੈ, ਜਿਹੜੇ ਮਹਿੰਦਰ ਭਗਤ ਜੀ ਹੈ ਇਹ ਕਦੇ ਵੀ ਬਦਲ ਸਕਦਾ, ਇਸ ਕਰਕੇ ਇਹਨੂੰ ਬਣਾ ਕੇ ਕੋਈ ਫਾਇਦਾ ਹੀ ਨਹੀਂ ਹੈ। CM ਹਰਿਆਣਾ ਦਾ ਬਿਆਨ ਆਇਆ, ਕਹਿੰਦੇ ਪੁਲਿਸ ਜਿਹੜੀ ਪਾਣੀ ਦੀ ਘਾਟ ਹੋਈ ਹੈ ਪੰਜਾਬ ਉਹਦਾ ਕਾਰਨ ਹੈ। ਇਹ ਪੰਜਾਬ 'ਚ ਪਾਣੀ ਨਹੀਂ ਮਿਲਦਾ? ਪੰਜਾਬ ਦੀ ਹਾਲਤ ਦੇਖੋ ਤੁਸੀਂ, ਵੈਸਟ ਵਿੱਚ ਚਲੇ ਜਾਓ ਗੰਦਾ ਪਾਣੀ ਆ ਰਿਹਾ, ਧਰਤੀ ਵਿੱਚ ਪਾਣੀ ਨਹੀਂ ਹੈ, ਅਤੇ ਜਿੰਨਾ ਕੁ ਹੈ ਉਹ ਕੱਢਣ ਦੇ ਵਿੱਚ ਅਸਮਰੱਥ ਹੈ ਸਰਕਾਰ, ਉਹਦੇ ਕਰਕੇ ਲੋਕ ਗੰਦਾ ਪਾਣੀ ਪੀਣ ਨੂੰ ਮਜਬੂਰ ਹੈ, ਬਿਮਾਰੀਆਂ ਫੈਲ ਰਹੀਆਂ ਵੈਸਟ ਦੇ ਵਿੱਚ। ਮੈਂ ਸਭ ਤੋਂ ਬੜਾ ਕੰਸਰਨ ਮੇਰਾ ਇਹ ਹੈ ਕਿ ਪਰਸੋਂ ਵੈਸਟ ਹਲਕੇ ਦੇ ਵਿੱਚ ਅਤੇ ਸੈਂਟਰਲ ਹਲਕੇ ਦੇ ਵਿੱਚ ਇੱਕ ਡਾਕਾ ਵੱਜਿਆ, ਦਾਤ ਲਿਆ ਕੇ ਬੰਦੇ ਨੂੰ ਘੇਰ ਲਿਆ,
ਉੱਥੇ ਦੁਕਾਨ ਨੂੰ ਲੁੱਟ ਕੇ ਲੈ ਗਏ। ਇਹ ਹਾਲਾਤ ਵੈਸਦੇ ਆ, ਤੁਹਾਨੂੰ ਪੱਤਰਕਾਰ ਸਾਹਿਬਾਨਾਂ ਨੂੰ ਵੀ ਬੇਨਤੀ ਕਰਦਾ, ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਪੈ ਜਾਂਦੇ, ਇਹੋ ਜਿਹੀ ਖਬਰ ਤਾਂ ਲਾਇਆ ਕਰੋ ਚੱਜ ਨਾਲ। ਤੁਸੀਂ ਦੇਖੋ ਨਾ, ਮੈਂ ਵੀਡੀਓ ਦਿਖਾਉਂਦਾ ਹੈ, ਉਹਨਾਂ ਦੀ ਵੱਡੀ ਦੁਕਾਨ ਹੈ, ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗਲ 'ਤੇ, ਅਤੇ ਉਹਦੇ ਥੱਲੇ ਦੱਬ ਲਿਆ ਬੰਦੇ ਨੂੰ, ਬੰਦਿਆਂ ਨੇ, ਔਰ ਸਾਰੀ ਦੁਕਾਨ ਲੁੱਟ ਲੈ ਗਏ ਪੈਸਾ ਜੋ ਵੀ ਪਿਆ ਸੀ। ਇਹ ਹਾਲਾਤ ਤਾਂ ਇੱਥੇ ਹੋਏ ਵੇ ਹੈ। ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ, ਉਹਨਾਂ ਦੀ ਦੁਕਾਨ ਪਰ ਜਾ ਕੇ ਆਓ, ਤੁਹਾਨੂੰ ਪਤਾ ਲੱਗੇਗਾ ਜਲੰਧਰ ਦਾ ਹਾਲ ਕਿਆ ਹੈ। ਤੁਸੀਂ ਬਾਹਰ ਸੋਚਾ ਜਾ ਕਰਕੇ ਰੋਡ ਸ਼ੋਅ ਕਰਕੇ ਜਾਂ ਬੜੇ ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ, ਉਹਦੇ ਨਾਲ ਕਿਆ ਬਣਨਾ? ਗਰਾਸ ਰੂਟ 'ਤੇ ਜਲੰਧਰ ਦੇ ਹਾਲਾਤ ਦੇਖੋ, ਗਰਾਸ ਰੂਟ 'ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ, ਚੈਨੀਆਂ ਖੋ ਰਹੀਆਂ, ਰਾਤ ਮੈਂ ਘਰ ਗਿਆ ਕਿਸੇ ਦੇ, ਉਹ ਬੀਬੀ ਦੀ ਇੱਥੇ 'ਤੇ ਬਾਲੀਆਂ ਲਾ ਲੈ ਗਏ ਆ, ਸਮੇਤ ਕੰਨ ਇੱਥੇ 'ਤੇ ਫਾੜ ਦਿੱਤੇ ਆ। ਇਹ ਹਾਲਾਤ ਜਲੰਧਰ ਦੇ ਹੋਏ ਵੇ ਹੈ, ਅਤੇ ਮੁੱਖ ਮੰਤਰੀ ਜੀ ਜਲੰਧਰ ਆ ਰਹੇ, ਬਾਹਰ ਬਾਹਰ ਰੋਡ ਸ਼ੋਅ ਕਰਕੇ ਚਲੇ ਜਾਣਗੇ, ਬੰਦੇ ਬਣਾਉਣਗੇ ਬਾਹਰਲੇ ਇਲਾਕਿਆਂ ਦੇ, ਸਾਡਾ ਤਾਂ ਬੰਦਾ ਉਹਨਾਂ ਜਾ ਕੇ ਰਾਜੀ ਨਹੀਂ। ਡਾਕਟਰ ਮਾਲੀ ਜ਼ਿਆਦਾ ਬਿਹਤਰ ਦੱਸ ਸਕਦੇ ਆ, ਬਹੁਤ ਦੇਰ ਦੇ ਪਾਣੀ ਦੇ ਮੁੱਦੇ ਤੇ ਹੀ ਹਰਿਆਣਾ ਨੇ SIL ਦਾ ਐਲਾਨ। ਮੈਂ ਪਹਿਲਾਂ ਡਾਕਟਰ ਮਾਲੀ ਜੀ ਨੂੰ ਕਹਾਂਗਾ ਕਿ ਉਹਨਾਂ ਨੇ ਸਾਡੀ ਪਾਰਟੀ ਨੂੰ ਜੁਆਇਨ ਕੀਤਾ, ਉਹ ਵੀ ਆਪਣੇ ਵਿਚਾਰ 2 ਮਿੰਟ ਦੇ ਲੈਣ ਤਾਂ ਕਿ ਤੁਹਾਨੂੰ ਅਗਲੀ ਗੱਲ ਕਰੀਏ। ਇਹ ਰਾਜਨੀਤਿਕ ਹੁੰਦੇ ਹੈ, ਅਸੀਂ ਇਹਨਾਂ ਦੀ ਪ੍ਰਗਾਹਟ ਵਿੱਚ ਨਹੀਂ ਆਉਣਾ, ਅਤੇ ਅਸੀਂ ਕਿਸੇ ਤਰ੍ਹਾਂ ਦੇ ਆਪਸੀ ਟਕਰਾਓ ਵਿੱਚ ਨਹੀਂ ਪੈਣਾ। ਅਸੀਂ, ਸਾਡਾ ਹਿਮਾਚਲ ਦੇ ਨਾਲ ਅੱਜ ਦਾ ਪਿਆਰ ਨਹੀਂ ਹੈ, ਸਦੀਆਂ ਤੋਂ ਹੈ, ਇਕੱਠੇ ਵੀ ਰਹੇ ਹੈ ਅਤੇ ਇਕੱਠੇ ਵੀ ਹੈ। ਇਸ ਕਰਕੇ ਅਸੀਂ ਇਹਨਾਂ ਦੇ ਜਿਹੜੇ BJP ਦੇ ਮਨਸੂਬੇ ਹੈ ਕਿ ਸਾਡੇ 'ਚ ਫਿੱਕ ਪਵੇ, ਸਾਡੇ ਵਪਾਰ ਖਤਮ ਹੋਣ, ਹਿਮਾਚਲ ਦਾ ਵਪਾਰ ਖਤਮ ਕਰਨਾ ਚਾਹੁੰਦੇ। ਹਿਮਾਚਲ ਵਿੱਚ ਜਦੋਂ ਤੁਸੀਂ ਕਿਸੇ ਦੂਸਰੀ ਸਟੇਟਾਂ ਦੇ ਬੰਦਿਆਂ ਨੂੰ ਰੋਕੋਗੇ ਤਾਂ ਉੱਥੇ ਲੋਕ ਜਾਣਾ ਬੰਦ ਕਰਨਗੇ, ਉਹਦੇ ਨਾਲ ਉੱਥੇ ਦਾ ਵਪਾਰ ਹਿੱਟ ਹੋਏਗਾ। ਅਤੇ ਇਹ ਸਾਡੇ ਵਾਸਤੇ ਇੱਕ ਅੱਛੀ ਜਗ੍ਹਾ ਹੈ ਹਿਮਾਚਲ ਘੁੰਮਣ ਵਾਸਤੇ, ਇਹ ਸਾਡੇ ਰਿਸ਼ਤਿਆਂ ਨੂੰ ਖਰਾਬ ਕਰਨ ਵਾਲੇ ਅੰਸਰ ਹੈ ਜਿਹੜੇ ਕਿ ਇਸ ਤਰ੍ਹਾਂ ਦੀ ਘਨਿਆਉਣੀਆਂ ਹਰਕਤਾਂ ਕਰਦੇ। ਉੱਥੇ ਦੇ ਮੁੱਖ ਮੰਤਰੀ ਜੀ ਨੂੰ ਮੈਂ ਅਪੀਲ ਕੀਤੀ ਸੀ, ਉਹਨਾਂ ਨੇ ਬੜੇ ਸੰਗੀਨ ਐਕਸ਼ਨ, ਜਿਹੜਾ ਕੋਈ ਐਸੀ ਗੱਲ ਕਰਦਾ ਉਹਨਾਂ 'ਤੇ ਲਏ ਹੈ ਅਤੇ ਲੈਣ। ਭਾਈ ਸਾਹਿਬ ਜੀ, ਸਾਡੇ ਪਾਸ ਪਾਣੀ ਹੈ ਹੀ ਨਹੀਂ, ਦੇਣਾ ਕਿੱਥੇ ਦੇ ਹੈ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਸਾਡੇ ਦਰਿਆ ਸੁੱਕ ਰਹੇ ਹੈ, ਸਾਡੀਆਂ ਨਦੀਆਂ ਨਾਲਿਆਂ 'ਚ ਪਾਣੀ ਹੈ ਨਹੀਂ, ਸੋ ਪਾਣੀ ਦੇਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ, ਨਾ ਹੀ ਸਾਡੇ ਕੋਲ। ਇਹਨਾਂ ਨੂੰ ਪਹਿਲਾਂ ਇਹੀ ਪੁੱਛ ਲਓ, ਜਿਨ੍ਹਾਂ ਨੇ 10 ਮੁੱਦੇ ਰੱਖੇ, ਇਹਨਾਂ ਨੂੰ ਪੁੱਛ ਲਓ ਪਹਿਲਾਂ 2.5 ਸਾਲ ਕਿਹਨੇ ਰੋਕ ਰੱਖਿਆ ਤੁਹਾਨੂੰ? ਪਹਿਲਾਂ 2.5 ਸਾਲ ਕਿਹਨੇ ਤੁਹਾਨੂੰ ਰੋਕ ਰੱਖਿਆ ਵੀ ਹਾਂ ਵੀ ਜਲੰਧਰ ਦੇ ਵਿੱਚ? ਮੈਂ ਕਹਿੰਦਾ, ਮੈਂ ਓਪਨਲੀ ਕਹਿੰਦਾ, ਜਲੰਧਰ ਦੇ ਵਿੱਚ ਪਿਛਲੇ 2.5 ਸਾਲਾਂ 'ਚ ਜੇ ਇੱਟ ਵੀ ਲੱਗੀ ਹੋਵੇ ਤਾਂ ਲੋਕਾਂ ਨੂੰ ਵੋਟ ਆਮ ਆਦਮੀ ਪਾਰਟੀ ਨੂੰ ਪਾ ਦੇਣੀ ਚਾਹੀਦੀ ਆ, ਅਦਰਵਾਈਜ਼ ਇਹ ਵੋਟ ਦੇ ਹੱਕਦਾਰ ਨਹੀਂ ਹੈ। ਕਿਉਂਕਿ ਆ ਰਿੰਕੂ ਹੋਵੇ, ਚਾਹੇ ਆ ਸ਼ੀਤਲ ਅੰਗਰਾਲ ਹੋਵੇ, ਮੈਨੂੰ ਲੱਗਦਾ ਇਹ ਪਤਾ ਨਹੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਵੋਟ ਮੰਗਣ ਜਾਂਦੇ ਆ। ਇਹ ਤਾਂ ਐਂ ਸਮਝਦੇ ਆ ਜਿੱਦਾਂ ਕੋਈ ਫਿਲਮ ਦੇ ਕਿਤੇ ਹੀਰੋ ਹੁੰਦੇ ਆ, ਵੀ ਕਦੀ ਉਹ ਫਿਲਮ ਚਲਾ ਲਈ, ਕਦੀ ਉਹ ਫਿਲਮ ਚਲਾ ਲਈ। ਮੈਨੂੰ ਨਹੀਂ ਲੱਗਦਾ, ਕਿਉਂਕਿ ਲੋਕਾਂ ਦੇ ਪ੍ਰਤੀ ਫਿਲਮ ਚੜਾ ਲੈਂਦੇ ਆ ਯਾਰ, ਇਹਨਾਂ ਨੇ ਤਾਂ ਦੂਸਰੀਆਂ ਫਿਲਮਾਂ ਫੇਲ ਕਰਤੀਆਂ ਸਾਰੀਆਂ। ਕਹਿੰਦੇ ਨਸ਼ੇ ਦਾ ਮੁੱਦਾ ਵੀ ਤੁਹਾਨੂੰ, ਨਸ਼ੇ ਦੀ ਭਰਮਾਰ ਹੈ ਸਟੇਰੀਏ ਚ, ਕੱਲ ਉਹਨਾਂ ਨੇ ਨਸ਼ੇ ਦਾ ਮੁੱਦਾ ਵੀ ਚੁੱਕਿਆ। ਰਿੰਕੂ ਨੂੰ ਇਹ ਪੁੱਛ ਲੈਣਾ ਸੀ ਵੀ ਭਾਈ, ਪਹਿਲਾਂ ਤੂੰ 5 ਸਾਲ MLA ਰਿਹਾ, ਹੁਣ 9-10 ਮਹੀਨੇ MP ਵੀ ਰਹਿ ਲਿਆ, ਤੈਨੂੰ ਕਿਸੇ ਨੇ ਰੋਕਿਆ ਸੀਗਾ ਨਸ਼ਾ ਬੰਦ ਕਰਾਉਣ ਤੋਂ?
ਇਹਨਾਂ ਦੇ ਸਵਾ ਦੋ ਸਾਲ ਹੋ ਗਏ ਇਹਨਾਂ ਦਾ ਭਗਵੰਤ ਮਾਨ ਇਹਨਾਂ ਦਾ ਕੇਜਰੀਵਾਲ ਕਹਿੰਦਾ ਸੀ ਵੀ ਮੈਂ ਤਾਂ 4 ਮਹੀਨਿਆਂ 'ਚ ਕਰ ਦੂੰ ਬੰਦ। ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਨੂੰ ਰੋਕਦਾ ਕੌਣ ਸੀਗਾ, ਹੁਣ ਜਦੋਂ ਨਵੀਂ ਇਲੈਕਸ਼ਨ ਆ ਗਈ ਤੇ ਫਿਰ ਉਹਦੇ 'ਚ ਕਹਿੰਦੇ ਅਸੀਂ ਬੰਦ ਕਰਾਵਾਂਗੇ। ਇਹਨਾਂ ਕੋਲ ਬੰਦ ਬੁੰਦ ਨਹੀਂ ਹੋਣਾ, ਨਾ ਇਹਨਾਂ ਕੋਲ ਕੋਈ ਇੱਦਾਂ ਦਾ ਵਿਜ਼ਨ ਆ, ਨਾ ਇੱਦਾਂ ਦੀ ਇਹਨਾਂ ਦੀ ਸੋਚ ਆ। ਮੈਂ ਤੁਹਾਨੂੰ ਦੱਸਾਂ ਇਹ ਨਸ਼ਾ ਨਾ ਤਾਂ ਰਿੰਕੂ ਨੇ ਅੱਗੇ ਕਿਸੇ ਨੂੰ ਰੋਕਿਆ, ਨਾ ਰਿੰਕੂ ਨੂੰ ਰੋਕਿਆ ਸਰਕਾਰ ਨੇ ਕਿਉਂਕਿ 10 ਮਹੀਨੇ, ਤੇ ਨਾ ਹੀ ਸ਼ੀਤਲ ਉਂਗਰਾਲ ਨੂੰ ਰੋਕਿਆ। ਇਹਨਾਂ ਨੇ ਫੈਲਾਇਆ ਨਸ਼ਾ ਇੱਥੇ, ਇਹ ਜ਼ਿੰਮੇਵਾਰ ਹੈ ਇੱਥੇ ਨਸ਼ਾ ਫੈਲਣ ਦੇ, ਤੇ ਅੱਜ ਵੀ ਫੈਲਾ ਰਹੇ, ਅੱਜ ਵੀ ਇੱਥੇ ਨਸ਼ਾ ਵਿਕ ਰਿਹਾ। ਅਸੀਂ ਸੰਘਰਸ਼ ਕਰ ਰਹੇ ਉਸਦੇ ਖਿਲਾਫ਼, ਤੇ ਆਉਣ ਵਾਲੇ ਦਿਨਾਂ 'ਚ ਨਸ਼ਾ ਅਸੀਂ ਰੋਕਾਂਗੇ। ਇਹ ਲੜਾਈ ਅਸੀਂ ਲੜਨੀ ਹੈ, ਇਹ ਲੜ ਕੇ ਇੱਥੇ ਜਲੰਧਰ 'ਚੋਂ ਨਸ਼ਾ ਵੀ ਕੱਢਾਂਗੇ, ਜਿਹੜੇ ਇਹ ਸਨੈਚਿੰਗ ਹੋ ਰਹੀਆਂ, ਜਿਹੜੇ ਡਾਕੇ ਵੱਜ ਰਹੇ, ਇਹ ਵੀ ਮਸਲਾ ਅਸੀਂ ਹੱਲ ਕਰਨਾ, ਇਹਨੂੰ ਤਕੜੇ ਹੋ ਕੇ ਕਰਾਂਗੇ।